ਦਿਆਂ ਕਰੋ, ਸਾਨੂੰ ਆਪਣੀ ਆਤਮਾ ਦੀ ਸ਼ਕਤੀ ਨਾਲ ਭਰ ਦਿਓ ਹਰੇਕ ਨੂੰ। ਇਹ ਪ੍ਰਭੂ ਯੇਸ਼ੂ ਅੱਜ ਵਰਦਾਨ ਦਿਓ ਤਾਂ ਜੋ ਅਸੀਂ ਹਰ ਸਮਾਂ ਤੁਹਾਡੀ ਮਰਜ਼ੀ ਨੂੰ ਢੂੰਡ ਸਕਣ, ਤੁਹਾਡੇ ਵਚਨ ਉੱਤੇ ਅਸੀਂ ਚੱਲ ਸਕਣ। ਤੁਸੀਂ ਆਪਣੀ ਆਤਮਾ ਦੀ ਸ਼ਕਤੀ ਕੱਲ੍ਹ ਦਿਓ ਸਾਡੇ ਤੇ ਤਾਂ ਜੋ ਅਸੀਂ ਦੁਨੀਆਵੀ ਗੱਲਾਂ ਨੂੰ, ਦੁਨੀਆਵੀ ਚੀਜ਼ਾਂ ਨੂੰ ਛੱਡ ਕੇ ਤੁਹਾਡੇ ਮਗਰ ਜਾ ਸਕਣ, ਤੁਹਾਡੇ ਕੋਲ ਅਸੀਂ ਆ ਸਕਣ। ਯੇਸ਼ੂ ਅੱਜ ਸਾਡੇ ਤੇ ਦਿਆਂ ਕਰੋ, ਸਾਰੇ ਮਿਲ ਗਏ ਤਾਲੀਓ ਮਚਾ ਕੇ ਅਸੀਂ ਪਰਮੇਸ਼ੁਰ ਦੀ ਉਡਿਆਈ ਕਰੀਏ। ਯੇਸ਼ੂ ਅੱਜ ਸਾਡੇ ਤੇ ਦਿਆਂ ਕਰੋ, ਸਾਨੂੰ ਆਸ਼ੀਸ਼ ਦਿਓ, ਸਾਡੀ ਕਮੀ ਕਮਜ਼ੋਰੀਆਂ ਨੂੰ ਦੂਰ ਕਰ। ਅਸੀਂ ਸਾਰੇ ਮਿਲ ਗਏ ਤਾਲੀਆਂ ਮਚਾਉਂਦੇ ਹੋਏ ਪਰਮੇਸ਼ੁਰ ਦੀ ਉਡਿਆਈ ਕਰੀਏ, ਖੁਦਾ ਦੀ ਤਾਰੀ ਕਰੀਏ ਤਾਂ ਜੋ ਅਸੀਂ ਤੁਹਾਡੇ ਵਚਨ ਉੱਤੇ ਅਸੀਂ ਚੱਲ ਸਕਣ। ਹਾਲੇਲੂਯਾ ਹਾਲੇਲੂਯਾ, ਸਾਰੇ ਮਿਲ ਕੇ ਬੋਲੋ ਥਾਲੀਆਂ ਮਚਾ ਕੇ ਅਸੀਂ ਪ੍ਰਭੂ ਦੀ ਤਾਰੀ ਕਰੀਏ, ਪ੍ਰਭੂ ਦੀ ਉਡਿਆਈ ਕਰੀਏ, ਪਰੇਸ਼ਾਨ ਵਰਸ਼ ਕਰੀਏ, ਪਰਮੇਸ਼ੁਰ ਦੇ ਵਚਨ ਉੱਤੇ ਚੱਲਣੇ ਕੇ ਲਈ ਵਰਦਾਨ ਮੰਗੀਏ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ, ਸਾਰੇ ਥਾਲੀ ਉਜਾ ਕੇ ਕਿੰਨਾ ਵੱਡਾ ਆਕਾਸ਼ ਬਣਾਇਆ, ਪਤਾ ਨਹੀਂ ਉਹਦਾ ਕਿੱਥੇ ਕਿਨਾਰਾ ਏ। ਆਕਾਸ਼ ਬਣਾਇਆ ਪਤਾ ਨਹੀਂ ਉਹਦਾ ਕਿੱਥੇ ਕਿਨਾਰਾ ਏ। ਕਮਜ਼ੋਰੀਆਂ ਨੂੰ ਦੂਰ ਕਰ ਯੇਸ਼ੂ, ਸਾਰੇ ਮਿਲ ਕੇ ਬੋਲੋ। ਚੰਨ ਸੂਰਜ ਤੇ ਸਭ ਤਾਰੇ ਉਸਨੇ ਬਣਾਏ ਸਾਰੇ, ਉਹ ਚੰਨ ਸੂਰਜ ਤੇ ਸਭ ਤਾਰੇ ਉਸਨੇ ਬਣਾਏ ਸਾਰੇ, ਉਹ ਚੰਨ ਸੂਰਜ ਤੇ ਸਭ ਤਾਰੇ ਉਸਨੇ ਬਣਾਏ ਸਾਰੇ, ਉਹ ਚੰਨ ਸੂਰਜ ਤੇ ਸਭ ਤਾਰੇ ਉਸਨੇ ਬਣਾਏ ਸਾਰੇ।
ਸਾਰਾ
ਆਖਾਂਗੇ ਰੋਦੜੀ ਆਈ ਕਰੋ ਉੱਚੀ ਆਵਾਜ਼ ਨਾਲ ਯੀਸ਼ੂ ਅੱਜ ਸਾਡੇ ਤੇ ਦਇਆ ਕਰੋ ਸਾਨੂੰ ਆਸ਼ੀਸ਼ੋ ਹਰ ਬੰਧਨ ਨੂੰ ਤੋੜ ਦਿਓ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਪੜੋ ਹਾਲੇਲੂਯਾ 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 ਜੀਸਸ ਸ਼ਕਤੀ ਗੱਲ ਦਿਓ ਸ਼ਕਤੀ ਗੱਲ ਦਿਓ ਸੁਰਗ ਹੋਲ ਦਿਓ ਜੀਸਸ ਹਰ ਪੀਐਸ ਨੂੰ ਆਸ਼ੀਸ਼ੋ ਜੋ ਪਵਿੱਤਰਾ ਤੁਹਾਨੂੰ ਉਚਿਤ ਸੁਣ ਰਹੇ ਹੁਦਾ ਸਾਰਿਆਂ ਨੂੰ ਜੀ ਲਓ ਬਾਧਾਰੀ ਨਾਲ ਜੁੜੋ ਹਾਲੇਲੂਯਾ ਯੀਸ਼ੂ ਸ਼ਕਤੀ ਗੱਲ ਦਿਓ 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 ਯੀਸ਼ੂ ਜੀ ਲਓ ਜੀਸਸ ਜੀ ਲਓ ਜੀਸਸ ਹਾਲੇਲੂਯਾ ਯੀਸ਼ੂ ਦਾ ਨਾਮ ਦਿਓ ਬੰਦਰ ਸਾਰੇ ਠੂਕ ਕਰ ਦਿਓ ਯੀਸ਼ੂ ਸ਼ਕਤੀ ਗੱਲ ਦਿਓ ਯੀਸ਼ੂ ਸ਼ਕਤੀ ਗੱਲ ਦਿਓ ਜੀਸਸ ਜੀ ਲਓ ਹੀਲ 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 ਯੀਸ਼ੂ ਸ਼ਕਤੀ ਗੱਲ ਦਿਓ ਜੀਸਸ ਸ਼ਕਤੀ ਗੱਲ ਦਿਓ ਯੀਸ਼ੂ ਸ਼ਕਤੀ ਗੱਲ ਦਿਓ ਜੀਸਸ ਯੀਸ਼ੂ ਦਾ ਨਾਮ ਦੇ ਬੰਦਰ ਸਾਰੇ ਠੂਕ ਜਾਣ ਦਿਓ ਹਾਲੇਲੂਯਾ 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 Jesus we praise and thank you. Hallelujah, hallelujah, hallelujah. Tu Yeshu, Yeshu, Yeshu daya karo shakti gal do. Yeshu tani chure, Yeshu tani sare nu aashish de re. Prabhu di atma di shakti tade sare de utte Yeshu kalida hai. Jo bhena bhai samo vachan sun re. ਪੂਰਾ ਵਿਸ਼ਵਾਸ ਨਾਲ ਖੁਦਾ ਦਾ ਵਚਨ ਸੁਣਦੇ ਰਹੋ ਪੂਰਾ ਵਿਸ਼ਵਾਸ ਨਾਲ ਪ੍ਰਭੂ ਦਾ ਵਚਨ ਸੁਣਨਾ ਪੜ੍ਹਨਾ ਹੈ ਅਤੇ ਅੱਜ ਪ੍ਰਾਰਥਨਾ ਵੀ ਕਰੋ ਵਿਸ਼ਵਾਸ ਨਾਲ ਯੀਸ਼ੂ ਨੇ ਤੁਹਾਨੂੰ ਚੁਣਾ ਹੈ ਯੀਸ਼ੂ ਮਸੀਹ ਨੇ ਤੁਹਾਨੂੰ ਅੱਜ ਆਸ਼ੀਸ਼ ਦੇਣਾ ਬਰਕਤ ਦੇਣਾ ਪ੍ਰਾਰਥਨਾ ਦੇ ਲਗਨ ਵਿੱਚ ਰਹਿਣਾ ਤੁਸੀਂ ਵਚਨ ਵਿੱਚ ਲਿਖਿਆ ਹੈ ਯੀਸ਼ੂ ਨੇ ਕੀ ਆਖਿਆ ਮੇਰੇ ਕੋਲ ਆਉਣ ਵਾਲਿਆਂ ਨੂੰ ਮੈਂ ਖਾਲੀ ਹੱਥ ਵਾਪਸ ਨਹੀਂ ਮੋੜੂਗਾ ਤੁਸੀਂ ਸਾਰੇ ਪ੍ਰਾਰਥਨਾ ਕਰੋ ਅੱਜ ਇਹ ਦਾਵੀ ਦਾ ਪੁੱਤਰ ਯੀਸ਼ੂ ਅੱਜ ਮੇਰੇ ਉੱਤੇ ਦਇਆ ਕਰ ਇਹ ਦਾਵੀ ਦਾ ਪੁੱਤਰ ਯੀਸ਼ੂ ਅੱਜ ਮੇਰੀ ਸਮੱਸਿਆ ਨੂੰ ਦੂਰ ਕਰ ਮੇਰੀ ਪਰੇਸ਼ਾਨੀ ਨੂੰ ਦੂਰ ਕਰ ਮੇਰਾ ਦੁੱਖ ਨੂੰ ਦੂਰ ਕਰ ਮੇਰੀ ਬਿਮਾਰੀ ਨੂੰ ਦੂਰ ਕਰ ਯੀਸ਼ੂ ਚੂਰੇ ਯੀਸ਼ੂ ਆਸ਼ੀਸ਼ ਦੇ ਰਹੇ ਯੀਸ਼ੂ ਸਾਰੀਆਂ ਕਮਜ਼ੋਰੀਆਂ ਨੂੰ ਦੂਰ ਕਰ ਰਹੇ ਪ੍ਰਭੂ ਦੀ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਦੇ ਉੱਤੇ ਆਉਣ ਦਾ ਦਿਨ ਅੱਜ ਤੁਸੀਂ ਸਾਰੇ ਪ੍ਰਾਰਥਨਾ ਕਰੋ ਹੇ ਦਾਵੀ ਦਾ ਪੁੱਤਰ ਯੀਸ਼ੂ ਅੱਜ ਮੇਰੇ ਉੱਤੇ ਦਇਆ ਕਰ ਹੇ ਦਾਵੀ ਦਾ ਪੁੱਤਰ ਯੀਸ਼ੂ ਅੱਜ ਮੇਰੀ ਸਾਰੀ ਪਰੇਸ਼ਾਨੀ ਨੂੰ ਦੂਰ ਕਰ ਹੇ ਦਾਵੀ ਦਾ ਪੁੱਤਰ ਯੀਸ਼ੂ ਅੱਜ ਮੇਰੀ ਬਿਮਾਰੀ ਨੂੰ ਦੂਰ ਕਰ ਲੁਕਾ ਦੇ ਅੰਜੀਲ ਉਹਦੀ 12:8 ਇੱਥੋਂ ਅਸੀਂ ਪ੍ਰਭੂ ਦਾ ਵਚਨ ਪੜ੍ਹਨ ਵਾਸਤੇ ਜਾ ਰਹੇ ਸੰਦੀ ਲੁਕਾ ਦੀ ਅੰਜੀਲ ਉਹਦੀ 12:8 ਤੋਂ ਇਹ ਗੱਲ ਧਿਆਨ ਨਾਲ ਸੁਣਨਾ ਹੈ ਅਸੀਂ ਯੀਸ਼ੂ ਮਸੀਹ ਦਾ ਵਚਨ ਉੱਤੇ ਲਗਾਤਾਰ ਚੱਲਣੇ ਕੇ ਲੀਏ ਪ੍ਰਾਰਥਨਾ ਕਰਨਾ ਸੰਦੀ ਲੁਕਾ ਦੀ ਅੰਜੀਲ ਉਹਦੀ
ਬਾਰਾਬਾਦੀ 8 ਤੋਂ ਅਸੀਂ ਪ੍ਰਭੂ ਦਾ ਵਚਨ ਪੜ੍ਹਨ ਕੇ ਲਈ ਜਾ ਰਹੇ। ਲਗਾਤਾਰ ਅਸੀਂ ਖੁਦਾ ਦਾ ਵਚਨ ਉੱਤੇ ਚੱਲਣੇ ਕੇ ਲਈ ਤੁਸੀਂ ਸਾਰੇ ਪ੍ਰਾਰਥਨਾ ਕਰਨਾ। ਜੋ ਇਨਸਾਨ ਪਰਮੇਸ਼ੁਰ ਦਾ ਵਚਨ ਉੱਤੇ ਚੱਲੇਗਾ, ਵਚਨ ਕੀ ਕਹਿੰਦਾ, ਉਹਨਾਂ ਸਾਰਿਆਂ ਨੂੰ ਯੀਸ਼ੂ ਨੇ ਬਲੈਸ ਕਰਨਾ, ਉਹਨਾਂ ਸਾਰਿਆਂ ਨੂੰ ਯੀਸ਼ੂ ਨੇ ਬਲੈਸ ਕਰਨਾ। ਇਸ ਲਈ ਅਸੀਂ ਕੋਈ ਬਿਮਾਰੀ ਦੂਰ ਹੋਣ ਕੇ ਲਈ ਨਹੀਂ ਸੰਗੋ, ਖੁਦਾ ਵਿੱਚ ਹੋਰ ਵੀ ਪਰਮੇਸ਼ੁਰ ਦਾ ਵਚਨ ਵਿੱਚ ਡੂੰਘਾਈ ਵਿੱਚ ਜਾਣ ਕੇ ਲਈ ਅਸੀਂ ਪ੍ਰਾਰਥਨਾ ਕਰਨਾ, ਪ੍ਰਭੂ ਵਿੱਚ ਹੋਰ ਵੀ ਲੀਨ ਹੋਣ ਕੇ ਲਈ ਪ੍ਰਾਰਥਨਾ ਕਰਨਾ। ਪ੍ਰਾਰਥਨਾ ਦੇ ਲਗਨ ਵਿੱਚ ਜਦੋਂ ਅਸੀਂ ਤੁਰੇਗਾ, ਆਤਮਾ ਕੰਮ ਕਰਦੇ ਹੀ ਰਹੇਗਾ। ਸੋ ਅਸੀਂ ਵਚਨ ਪੜ੍ਹੇਗਾ ਲੂਕਾ ਦੀ ਅੰਜੀਲ ਉਹਦੀ 12:8 ਇੱਥੋਂ ਵਚਨ ਪੜ੍ਹੋ। ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਆਦਮੀ ਦੂਜਿਆਂ ਲੋਕਾਂ ਦੇ ਸਾਹਮਣੇ ਮੈਨੂੰ ਪ੍ਰਭੂ ਕਰਕੇ ਮੰਨਦਾ ਹੈ। ਹਾਲੇਲੂਯਾ, ਹਾਲੇਲੂਯਾ। ਪ੍ਰਭੂ ਦਾ ਵਚਨ ਕੀ ਹੈ? ਯੀਸ਼ੂ ਆਪ ਕਹਿੰਦਾ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਹਾਂ। ਵਚਨ ਧਿਆਨ ਨਾਲ ਸੁਣਾ, ਪ੍ਰਭੂ ਯੀਸ਼ੂ ਅਸਾਂ ਸਾਰਿਆਂ ਨੂੰ ਇਹ ਵਚਨ ਦੱਸਦੇ ਹਾਂ। ਯੀਸ਼ੂ ਕਹਿੰਦਾ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿੰਦੇ ਹਾਂ, ਜੋ ਆਦਮੀ ਦੂਜਿਆਂ ਲੋਕਾਂ ਦੇ ਸਾਹਮਣੇ ਦਾ ਮਤਲਬ ਕੀ ਹੈ? ਦੂਸਰੇ ਦੇ ਸਾਹਮਣੇ, ਪੜੋਸੀਆਂ ਨੂੰ, ਗੁਆਂਢੀਆਂ ਨੂੰ, ਰਿਸ਼ਤੇਦਾਰ ਨੂੰ, ਹਰੇਕ ਨੂੰ ਯੀਸ਼ੂ ਮਸੀਹ ਨੂੰ ਪ੍ਰਭੂ ਕਹਿ ਕੇ ਮੰਨਦਾ ਹੈ। ਹਾਲੇਲੂਯਾ, ਹਾਲੇਲੂਯਾ। ਪਹਿਲੇ ਸਟੈਪ ਇਹ ਹੈ, ਦੂਸਰਿਆਂ ਦੇ ਸਾਹਮਣੇ ਤੁਸੀਂ ਯੀਸ਼ੂ ਨੂੰ ਖੁਦਾ ਕਹਿ ਕੇ ਮੰਨਣਾ, ਯਾਨੀ ਹਰੇਕ ਨੂੰ ਤੁਸੀਂ ਦੱਸਣਾ ਯੀਸ਼ੂ ਹੀ ਖੁਦਾ ਹੈ। ਯਾਦ ਰੱਖਣਾ, ਯੀਸ਼ੂ ਹੀ ਮੇਰਾ ਮੁਕਤੀ ਦਾਤਾ ਹੈ। ਵਚਨ ਕਹਿੰਦਾ ਹੈ, ਜੇਕਰ ਦੂਸਰਿਆਂ ਦੇ ਸਾਹਮਣੇ ਪੜੋਸੀਆਂ ਨੂੰ, ਰਿਸ਼ਤੇਦਾਰ ਨੂੰ, ਹਰੇਕ ਨੂੰ ਇਹ ਵਚਨ ਬੋਲਣਾ ਸ਼ੁਰੂ ਕਰੇਗਾ, ਯੀਸ਼ੂ ਖੁਦਾ ਹੈ, ਯੀਸ਼ੂ ਮੁਕਤੀ ਦਾਤਾ ਹੈ, ਅੱਗੇ ਕੀ ਹੁੰਦਾ ਹੈ? ਉਸ ਮਨੁੱਖ ਨੂੰ, ਉਸ ਨੂੰ ਮਨੁੱਖ ਦਾ ਪੁੱਤਰ ਵੀ ਪਰਮੇਸ਼ੁਰ ਦਾ ਸੁਰਗ ਦੂਤਾਂ ਦੇ ਸਾਹਮਣੇ ਆਪਣੇ ਕਹਿ ਕੇ ਮੰਨੇਗਾ। ਹਾਲੇਲੂਯਾ, ਹਾਲੇਲੂਯਾ। ਵਚਨ ਦੇਖਿਆ ਨਹੀਂ, ਪ੍ਰਭੂ ਦਾ ਵਚਨ ਕੀ ਹੈ? ਜੇਕਰ ਤੁਸੀਂ ਦੂਜਿਆਂ ਲੋਕਾਂ ਦੇ ਸਾਹਮਣੇ ਯੀਸ਼ੂ ਮਸੀਹ ਨੂੰ ਪ੍ਰਭੂ ਕਹਿ ਕੇ, ਖੁਦਾ ਕਹਿ ਕੇ ਮੰਨਣਾ ਸ਼ੁਰੂ ਕਰੇਗਾ, ਉਸ ਆਦਮੀ ਵਾਸਤੇ ਜਾਂ ਉਸ ਭੈਣ ਜਾਂ ਭਰਾ ਦੇ ਲਈ ਪ੍ਰਭੂ ਯੀਸ਼ੂ ਕੀ ਕਹਿੰਦਾ ਹੈ? ਮੈਂ ਖੁਦਾ ਬਾਪ ਦੇ ਆ ਕੇ ਸੁਰਗ ਦੂਤਾਂ ਦੇ ਨਾਲ, ਸੁਰਗ ਦੂਤ ਕਹਾ ਗਈ ਹੈ, ਉਸ ਭੈਣ ਨੂੰ ਜਾਂ ਭਰਾ ਨੂੰ ਆਪਣੇ ਕਹਿ ਕੇ ਮੰਨੀ ਹਾਂ। ਇਹਦਾ ਮਤਲਬ ਕੀ ਹੈ? ਕਦੋਂ ਖੁਦਾਉਂ ਦੇ ਯੀਸ਼ੂ ਤੁਹਾਨੂੰ ਅਪਣਾਉਣਾ, ਕਦੋਂ ਪ੍ਰਭੂ ਯੀਸ਼ੂ ਤੁਹਾਨੂੰ ਆਪਣੀ ਬੇਟੀ ਜਾਂ ਬੇਟਾ ਬਣਾਉਣਾ? ਬਸ ਵਚਨ ਕਹਿੰਦਾ ਤੁਸੀਂ ਦੂਜਿਆਂ ਲੋਕਾਂ ਦੇ ਸਾਹਮਣੇ ਦਿਨ ਰਾਤ ਇੱਕ ਹੀ ਗੱਲ ਬੋਲਣਾ, ਯੀਸ਼ੂ ਕੀ ਮੇਰਾ ਖੁਦਾ ਹੈ, ਯੀਸ਼ੂ ਮੇਰਾ ਮੁਕਤੀ ਦਾਤਾ, ਯੀਸ਼ੂ ਮੇਰਾ ਪ੍ਰਭੂ ਹੈ। ਜਦੋਂ ਮੈਂ ਦੂਜਿਆਂ ਲੋਕਾਂ ਦੇ ਸਾਹਮਣੇ ਯੀਸ਼ੂ ਨੂੰ ਪ੍ਰਭੂ ਕਹਿ ਕੇ ਮੰਨੇ ਹਾਂ, ਵਚਨ ਕਹਿੰਦਾ ਹੈ ਉਸ ਭੈਣ ਜਾਂ ਭਰਾ ਉਹਦੇ ਲਈ ਜਿਹੜਾ ਖੁਦਾ ਕਹਿ ਕੇ ਮੰਨਦਾ ਹੈ, ਉਹਦੇ ਲਈ ਖੁਦਾ ਭਾਵ ਦੀ ਆ ਗਏ ਸੁਰਗ ਦੂਤਾਂ ਦੇ ਨਾਲ,
ਖੁਦਾ ਬਾਪ ਦੇ ਅੱਗੇ ਹੀ ਬੋਲਣਾ, ਇਹ ਮੇਰਾ ਆਪਣਾ ਬੇਟੀ ਹੈ ਜਾਂ ਬੇਟਾ ਹੈ। ਹਾਲੇਲੂਇਆ ਹਾਲੇਲੂਇਆ। ਸੋ ਅੱਗੇ ਯੋਹੰਨਾ ਦੀ ਅੰਜੀਲ ਉਹਦੀ ਪਹਿਲੇ ਬਾਤ ਦੀ 12 ਇੱਥੋਂ ਅਸੀਂ ਪੜ੍ਹਦੇ ਹਾਂ। ਦੇਖੋ ਪਰਮੇਸ਼ੁਰ ਦਾ ਵਚਨ ਕੀ ਹੈ, ਤੁਸੀਂ ਇਸ ਲਈ ਹਰੇਕ ਨੂੰ ਬੋਲਣਾ ਪੜੇਗਾ, ਯੇਸ਼ੂ ਪ੍ਰਭੂ ਹੈ, ਯੇਸ਼ੂ ਮੇਰਾ ਮੁਕਤੀ ਦਾਤਾ ਹੈ। ਜਦੋਂ ਅਸੀਂ ਬੋਲਣਾ ਸ਼ੁਰੂ ਕਰੇਗਾ, ਖੁਦਾ ਸਾਨੂੰ ਵੀ ਆਪਣਾ ਆਪਣਾ ਪਰ ਯੇਸ਼ੂ ਤੁਹਾਨੂੰ ਆਪਣੀ ਬੇਟੀ ਜਾਂ ਬੇਟਾ ਬੋਲਣਾ ਸ਼ੁਰੂ ਕਰੇਗਾ। ਜੇਕਰ ਅਸੀਂ ਪਰਮੇਸ਼ੁਰ ਦਾ ਪਰਮੇਸ਼ੁਰ ਦੀ ਸੰਤਾਨ ਹੈ, ਵਚਨ ਕੀ ਕਹਿੰਦਾ ਹੈ, ਤੁਸੀਂ ਖੁਦਾ ਕੋਲੋਂ ਹਰ ਚੀਜ਼ ਲੈਣ ਵਾਸਤੇ ਮਿਲਣ ਵਾਸਤੇ ਹੱਕੇਦਾਰ ਬਣ ਜਾਂਦਾ ਹੈ। ਹਾਲੇਲੂਇਆ ਹਾਲੇਲੂਇਆ। ਤੁਹਾਡਾ ਹੱਕ ਬਣ ਜਾਂਦਾ ਹੈ ਖੁਦਾ ਤੋਂ ਬਲੈਸਿੰਗ ਲੈਣੇ ਕੇ ਲਈ, ਖੁਦਾ ਤੋਂ ਆਸ਼ੀਸ਼ ਲੈਣੇ ਕੇ ਲਈ। ਕਦੋਂ ਤੁਹਾਨੂੰ ਹੱਕ ਤੁਹਾਡਾ ਹੱਕ ਬਣਦਾ ਹੈ, ਜਦੋਂ ਤੁਸੀਂ ਪਰਮੇਸ਼ੁਰ ਦਾ ਬੇਟਾ ਬੇਟੀ ਬਣਨ ਦਾ ਸਮਾਂ। ਕਦੋਂ ਤੁਸੀਂ ਖੁਦਾ ਦੀ ਬੇਟੀ ਜਾਂ ਬੇਟਾ ਬਣਨਾ, ਜਦੋਂ ਦੂਜਿਆਂ ਲੋਕਾਂ ਦੇ ਸਾਹਮਣੇ ਤੁਸੀਂ ਕੀ ਕਰਨਾ ਪੜੇਗਾ, ਯੇਸ਼ੂ ਮਸੀਹ ਨੂੰ ਆਪਣਾ ਕਰਕੇ ਮੰਨਣਾ ਹੈ। ਸੋ ਅੱਜ ਤੋਂ ਲੈ ਕੇ ਤੁਸੀਂ ਪ੍ਰਾਰਥਨਾ ਕਰੋ, ਹੇ ਦਾਵੀਦ ਦਾ ਪੁੱਤਰ ਯੇਸ਼ੂ ਅੱਜ ਸਾਡੇ ਉੱਤੇ ਦਇਆ ਕਰ, ਹੇ ਦਾਵੀਦ ਦਾ ਪੁੱਤਰ ਯੇਸ਼ੂ ਅੱਜ ਸਾਡੀਆਂ ਕਮਜ਼ੋਰੀਆਂ ਨੂੰ ਦੂਰ ਕਰ, ਸਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰ, ਸਾਡੇ ਦੁੱਖ ਨੂੰ ਦੂਰ ਕਰ। ਹਾਲੇਲੂਇਆ ਹਾਲੇਲੂਇਆ। ਪ੍ਰਾਰਥਨਾ ਕਰੋ ਅੱਜ, ਇਸ ਲਈ ਖੁਦਾ ਦੀ ਆਤਮਾ ਅੱਜ ਤੁਹਾਡੇ ਵਿੱਚ ਕੰਮ ਕਰ। ਲੂਕਾ ਦੀ ਅੰਜੀਲ ਉਹਦੀ 12:22 ਇਹ ਤੋਂ ਅਸੀਂ ਪੜ੍ਹਦੇ ਹਾਂ, ਇਸ ਲਈ ਖੁਦਾ ਦੇ ਉੱਤੇ ਭਰੋਸਾ ਰੱਖ ਕੇ ਤੁਰਨਾ ਸ਼ੁਰੂ ਕਰੋ। ਯੇਸ਼ੂ ਮੁਕਤੀ ਦਾਤਾ ਹੈ, ਯੇਸ਼ੂ 'ਤੇ ਭਰੋਸਾ ਰੱਖ ਕੇ ਤੁਰਨਾ ਸ਼ੁਰੂ ਕਰ। ਸੰਦੇ ਲੂਕਾ ਦੀ ਅੰਜੀਲ ਉਹਦੀ 12:22 ਇਹ ਤੋਂ ਅਸੀਂ ਪ੍ਰਭੂ ਦਾ ਵਚਨ ਪੜ੍ਹਨ ਕੇ ਲਈ ਜਾ ਰਹੇ। ਜਿਨ੍ਹਾਂ ਦੇ ਕੋਲ ਬਾਈਬਲ ਹੈ ਬਾਈਬਲ ਖੋਲ੍ਹ ਦਿਉ, ਸਾਡੇ ਨਾਲ ਨਾਲ ਵਚਨ ਪੜ੍ਹਨਾ ਸ਼ੁਰੂ ਕਰ, ਸਾਡੇ ਨਾਲ ਨਾਲ ਪ੍ਰਭੂ ਦਾ ਵਚਨ ਪੜ੍ਹਨਾ ਸ਼ੁਰੂ ਕਰ। ਪ੍ਰਾਰਥਨਾ ਕਰੋ ਖੁਦਾ ਅੱਜ ਸਾਡੇ 'ਤੇ ਦਇਆ ਕਰ, ਸਾਡੀਆਂ ਕਮਜ਼ੋਰੀਆਂ ਨੂੰ ਦੂਰ ਕਰ। ਯੇਸ਼ੂ ਦੀ ਸੰਤਾਨ ਬਣਨਾ ਚਾਹੀਏ, ਸੋ ਸੰਤਾਨ ਬਣਨ ਕੇ ਲਈ ਦੂਜਿਆਂ ਲੋਕਾਂ ਦੇ ਸਾਹਮਣੇ ਤੁਸੀਂ ਯੇਸ਼ੂ ਨੂੰ ਆਪਣਾ ਕਹਿ ਕੇ ਮੰਨਣਾ ਹੈ। ਹਾਲੇਲੂਇਆ ਹਾਲੇਲੂਇਆ। ਖੁਦਾ ਦੀ ਸੇਵਾ ਕਰਨਾ ਜ਼ਰੂਰੀ ਹੈ, ਪਰਮੇਸ਼ੁਰ ਦੇ ਵਚਨ ਉੱਤੇ ਚੱਲਣਾ ਜ਼ਰੂਰੀ ਹੈ। ਵਚਨ ਪੜ੍ਹੋ ਸਿਸਟਰ ਜੀ। ਯੇਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ। ਹਾਲੇਲੂਇਆ। ਤੁਸੀਂ ਸਰੀਰ ਦੇ ਲਈ ਚਿੰਤਾ ਨਾ ਕਰੋ। ਦੇਖੋ ਆਪਣੇ ਬਾਰੇ ਚਿੰਤਾ ਨਹੀਂ ਕਰਨਾ, ਜੋ ਖੁਦਾ ਦੇ ਉੱਤੇ ਭਰੋਸਾ ਰੱਖਦਾ ਹੈ ਖੁਦਾ ਉਹਨਾਂ ਦਾ ਦੇਖਭਾਲ ਕਰਦਾ ਹੈ, ਖੁਦਾ ਉਹਨਾਂ ਦੇ ਵੱਲ ਧਿਆਨ ਰੱਖਦਾ ਹੈ। ਹੁਣ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਰੱਖਦੇ, ਇਸੀ ਲਈ ਅਸੀਂ ਆਪ ਆਪਣੇ ਵੱਲ ਧਿਆਨ ਰੱਖਦਾ ਹੈ, ਅਸੀਂ ਆਪ ਆਪਣਾ ਚਿੰਤਾ ਕਰਦਾ ਹੈ। ਵਚਨ ਕਹਿੰਦਾ ਹੈ, ਯੇਸ਼ੂ ਨੇ ਕੀ ਆਖਿਆ ਆਪਣੇ ਚੇਲਿਆਂ ਨੂੰ, ਕਿਹਾ ਮੈਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਆਪਣਾ ਜੀਵਨ
ਅਤੇ ਸਰੀਰ ਦੇ ਲਈ ਚਿੰਤਾ ਨਾ ਕਰਨਾ, ਚਿੰਤਾ ਨਹੀਂ ਕਰਨਾ ਚਾਹੀਏ। ਵਚਨ ਕਹਿੰਦਾ ਹੈ ਕਿਉਂ, ਵਚਨ ਕਹਿੰਦਾ ਹੈ ਤੁਸੀਂ ਚਿੰਤਾ ਕਰਨ ਦਾ ਲੋੜ ਨਹੀਂ, ਖੁਦਾ ਤੁਹਾਡੇ ਉੱਤੇ ਚਿੰਤਾ ਕਰਨਾ। ਜਿਸ ਤਰ੍ਹਾਂ ਅੱਜ ਸਵੇਰੇ ਮੈਂ ਸੰਗਤ ਨੂੰ ਅੱਜ ਵਚਨ ਸਮਝਾ ਰਿਹਾ ਸੀ ਜੋ ਮਰਕੁਸ ਦੇ ਅੰਜੀਲ ਵਿੱਚੋਂ, ਜਿੱਥੇ ਯੀਸ਼ੂ ਦੇ ਨਾਲ ਲੋਕ ਤੁਰਦੇ ਸੀ। ਸੋ ਯੀਸ਼ੂ ਉਹਨਾਂ ਦੇ ਉੱਤੇ ਚਿੰਤਾ ਕੀਤਾ ਹੈ, ਉਹਨਾਂ ਨੂੰ ਭੂਖ ਲੱਗੀ, ਉਹਦੇ ਲਈ ਪ੍ਰਭੂ ਯੀਸ਼ੂ ਨੂੰ ਚਿੰਤਾ ਸੀ। ਇਸ ਲਈ ਉੱਥੇ ਯੀਸ਼ੂ ਨੇ ਕੀ ਕੀਤਾ, ਰੋਟੀ ਬਣਾਇਆ, ਚਮਤਕਾਰ ਕੀਤਾ ਅਤੇ ਸਾਰਿਆਂ ਨੂੰ ਰਿੱਝ ਕੇ ਖਿਲਾਇਆ। ਦਾ ਮਤਲਬ ਕੀ ਹੈ, ਜੋ ਪ੍ਰਭੂ ਯੀਸ਼ੂ ਦੇ ਨਾਲ ਤੁਰੇ ਹਾਂ, ਪਰਿਵਾਰ ਨੂੰ ਛੋੜ ਕੇ, ਭੈਣ ਭਰਾ ਨੂੰ ਛੋੜ ਕੇ, ਜੋ ਖੁਦਾ ਦੇ ਨਾਲ ਤੁਰੇ ਹਾਂ, ਉਹਨਾਂ ਦੇ ਉੱਤੇ ਯੀਸ਼ੂ ਆਪ ਚਿੰਤਾ ਕਰਦਾ ਹੈ। ਹਾਲੇਲੂਇਆ, ਹਾਲੇਲੂਇਆ। ਪਤਰੋਸ ਜਦੋਂ ਉਹਦੀ ਸੱਸ ਬਿਮਾਰ ਸੀ, ਕਿਸੇ ਨੇ ਦੱਸਿਆ ਵੀ ਨਹੀਂ ਆ ਪਤਰੋਸ ਦੀ ਸੱਸ ਬਿਮਾਰ ਹੈ, ਪਰ ਯੀਸ਼ੂ ਪਤਰੋਸ ਦੇ ਪਰਿਵਾਰ ਉੱਤੇ ਚਿੰਤਾ ਕੀਤਾ। ਵਚਨ ਵਿੱਚ ਲਿਖਿਆ ਦੱਸਣ ਦਾ ਬਿਨਾਂ ਯੀਸ਼ੂ ਪਤਰੋਸ ਦੀ ਸੱਸ ਦੇ ਕੋਲ ਜਾ ਕੇ ਕੀ ਕੀਤਾ, ਪਤਰੋਸ ਦੀ ਸੱਸ ਨੂੰ ਛੂਹਿਆ ਹੈ ਅਤੇ ਪਤਰੋਸ ਨੂੰ ਦੀ ਸੱਸ ਨੂੰ ਚੰਗਾਈ ਦਿੱਤਾ। ਹਾਲੇਲੂਇਆ, ਹਾਲੇਲੂਇਆ। ਤੁਸੀਂ ਸਾਰੇ ਅੱਜ ਪ੍ਰਾਰਥਨਾ ਕਰੋ, ਜੇਕਰ ਆਪਾਂ ਪੂਰਾ ਵਿਸ਼ਵਾਸ ਨਾਲ ਤੁਰੇ ਹਾਂ, ਖੁਦਾ ਤੁਹਾਡੇ ਉੱਤੇ ਚਿੰਤਾ ਕਰਨਾ ਹੈ, ਤੁਹਾਡੀ ਪੜ੍ਹਾਈ ਦੇ ਉੱਤੇ ਪਰਮੇਸ਼ੁਰ ਚਿੰਤਾ ਕਰਨਾ ਹੈ, ਤੁਹਾਡੇ ਜੋ ਵੀ ਜਿਸ ਕੰਮ ਕੇ ਲਈ ਪਰਮੇਸ਼ੁਰ ਨੇ ਤੁਹਾਨੂੰ ਬੁਲਾਇਆ, ਉਸ ਕੰਮ ਵਿੱਚ ਤੁਸੀਂ ਵਿਸ਼ਵਾਸ ਨਾਲ ਰਹੋ, ਖੁਦਾ ਦੇ ਉੱਤੇ ਭਰੋਸਾ ਰਹਿ ਕੇ ਜੀਣਾ ਸ਼ੁਰੂ ਕਰ। ਜਦੋਂ ਅਸੀਂ ਪ੍ਰਭੂ ਦੇ ਉੱਤੇ ਭਰੋਸਾ ਰੱਖਣਾ, ਵਚਨ ਕੀ ਕਹਿੰਦਾ ਹੈ, ਕੀ ਪਾਉਣਾ ਹੈ, ਕੀ ਖਾਣਾ ਹੈ, ਇਹਨਾਂ ਚੀਜ਼ਾਂ ਦੇ ਬਾਰੇ ਚਿੰਤਾ ਨਹੀਂ ਕਰਨਾ। ਤੁਸੀਂ ਸਿਰਫ ਸੋਚਣਾ, ਆਉਣ ਵਾਲੇ ਐਤਵਾਰ ਮੈਂ ਜ਼ਰੂਰ ਯੀਸ਼ੂ ਮਸੀਹ ਪੌਣ ਵਿੱਚ ਜਾਣਾ। ਚਿੰਤਾ ਕਰੋ, ਮਤਲਬ ਪਰਮੇਸ਼ੁਰ ਉੱਤੇ ਆਪਣਾ ਚਿੰਤਾ ਹੋਣਾ ਚਾਹੀਏ, ਤੁਹਾਡੀ ਸੋਚ ਲਗਾਤਾਰ ਪ੍ਰਭੂ ਯੀਸ਼ੂ ਦੇ ਉੱਤੇ। ਸਵੇਰੇ ਮੈਂ ਉੱਠ ਕੇ ਜ਼ਰੂਰ ਮੈਂ ਪ੍ਰਾਰਥਨਾ ਕਰਨਾ ਹੈ, ਸਵੇਰੇ ਮੈਂ ਭਜਨ ਪੜ੍ਹਨਾ ਹੀ ਹੈ, ਪ੍ਰਾਰਥਨਾ ਵਿੱਚ ਮੈਂ ਹਿੱਸਾ ਲੈਣਾ ਹੈ, ਕੱਲ੍ਹ ਮੈਂ ਲਾਈਵ ਸੁਣਨਾ ਵੀ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦੇ ਕੰਮ ਦੇ ਉੱਤੇ, ਪ੍ਰਭੂ ਉੱਤੇ ਆਪਾਂ ਚਿੰਤਾ ਕਰੀ ਹਾਂ। ਵਚਨ ਕੀ ਕਹਿੰਦਾ ਹੈ, ਖੁਦਾ ਤੁਹਾਡੇ ਉੱਤੇ ਚਿੰਤਾ ਕਰੇਗਾ, ਪਰਮੇਸ਼ੁਰ ਤੁਹਾਡੇ ਉੱਤੇ ਚਿੰਤਾ ਕਰੇਗਾ। ਉਦਪਦੇ ਗ੍ਰੰਥ ਵਿੱਚੋਂ ਅਸੀਂ ਪੜ੍ਹਦੇ ਹਾਂ, ਜਦੋਂ ਪਰਮੇਸ਼ੁਰ ਨੇ ਮਾਈ ਹਵਾ ਤਾਂ ਬਾਬਾ ਆਦਮ ਨੂੰ ਜਦੋਂ ਏਦਮ ਬਾਗ ਵਿੱਚ ਗੱਲਿਆ, ਹਰ ਰੋਜ਼ ਖੁਦਾ ਬਾਪ ਮਾਈ ਹਵਾ ਅਤੇ ਬਾਬਾ ਆਦਮ ਨੂੰ ਮਿਲਣੇ ਕੇ ਲਈ ਏਦਮ ਬਾਗ ਵਿੱਚ ਜਾਂਦਾ ਰਹਿੰਦਾ ਸੀ। ਸਾਂਝ ਵੇਲੇ ਪਿਤਾ ਪਰਮੇਸ਼ੁਰ ਬਾਗ ਵਿੱਚ ਪਹੁੰਚਿਆ, ਕਿਉਂ, ਖੁਦਾ ਆਪ ਚਿੰਤਾ ਕਰਨਾ ਸ਼ੁਰੂ ਹੋ ਗਿਆ ਆਪਣੇ ਬੱਚੇ ਦੇ ਉੱਤੇ, ਪਰਮੇਸ਼ੁਰ ਆਪ ਚਿੰਤਾ ਕਰਨੀ। ਇਸ ਲਈ ਤੁਸੀਂ ਸਾਰੇ ਪੂਰਾ ਭਰੋਸਾ ਯੀਸ਼ੂ ਦੇ ਉੱਤੇ ਰੱਖੋ। ਦੁਆਰਾ ਸਹੀ, ਹੁਣ ਅਸੀਂ ਅੱਗੇ ਵਚਨ ਪੜ੍ਹਨ ਵਾਸਤੇ ਜਾ ਰਹੇ, ਅੱਗੇ ਵਚਨ ਪੜ੍ਹੋ। ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਅਧਿਕ ਹੈ। ਜੀਵਨ ਦਾ ਮੂਲ ਭੋਜਨ ਨਾਲੋਂ ਕਿਤੇ ਅਧਿਕ ਹੈ। ਠੀਕ ਹੈ ਨੀ, ਜੀਵਨ ਦਾ ਮੂਲ, ਜ਼ਿੰਦਗੀ ਦਾ ਬਾਰੇ ਸੋਚਣ ਦਾ ਲੋੜ ਨਹੀਂ, ਖਾਣਾ ਪੀਣਾ ਦੁਆਰੇ, ਭੋਜਨ ਦਾ ਲੋਕ ਕਿਤਨੇ ਅਧਿਕ ਹੈ।
ਭਲੀ ਪਰਮੇਸ਼ਰ ਨੇ ਸਾਡੇ ਵਿੱਚ ਜੀਵਨ ਪਾਇਆ ਹੈ, ਉਸ ਜੀਵਨ ਦੇ ਕਰਕੇ ਖੁਦਾ ਨੇ ਆਖਿਆ ਤੁਸੀਂ ਮੇਰੇ ਵਚਨ ਉੱਤੇ ਚੱਲਣਾ ਸ਼ੁਰੂ ਕਰੋ। ਅੱਗੇ ਵਚਨ ਪੜ੍ਹੋ। ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ ਅਧਿਕ ਹੈ। ਹਾਂ, ਕਥਾਵਾਂ ਨੂੰ ਵੇਖੋ, ਉਹ ਨਾ ਬੀਜਦੇ ਹਨ ਅਤੇ ਨਾ ਹੀ ਫਲ ਕੱਟਦੇ ਹਨ, ਉਹਨਾਂ ਕੋਲੋਂ ਨਾ ਗੋਂਦਾਂ ਅਤੇ ਨਾ ਕੋਠੀਆਂ ਹਨ, ਪਰ ਫਿਰ ਵੀ ਪਰਮੇਸ਼ਰ ਉਹਨਾਂ ਨੂੰ ਖਾਣ ਲਈ ਦਿੰਦਾ ਹੈ। ਤੁਸੀਂ ਪੰਛੀਆਂ ਨਾਲੋਂ ਕਿਤੇ ਵੱਧ ਉੱਤਮ ਹੋ। ਤੁਹਾਡੇ ਵਿੱਚੋਂ ਕੌਣ ਹੈ ਜੋ ਚਿੰਤਾ ਕਰਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵਾਧਾ ਵੀ ਕਰ ਸਕਦਾ ਹੈ? ਫਿਰ ਜੇਕਰ ਤੁਸੀਂ ਇੰਨਾ ਛੋਟਾ ਅਜਿਹਾ ਕੰਮ ਨਹੀਂ ਕਰ ਸਕਦੇ ਹੋ, ਤਾਂ ਬਾਕੀ ਕੰਮ ਲਈ ਚਿੰਤਾ ਕਰਨ ਦਾ ਕੀ ਲਾਭ ਹੈ? ਹਾਲੇਲੂਯਾ, ਹਾਲੇਲੂਯਾ। ਪਰਮੇਸ਼ਰ ਦਾ ਵਚਨ ਕੀ ਹੈ? ਫਿਰ ਜੇਕਰ ਤੁਸੀਂ ਇੰਨਾ ਛੋਟਾ ਜਿਹਾ ਕੰਮ ਨਹੀਂ ਕਰ ਸਕਦੇ ਹੋ, ਤਾਂ ਕਿ ਬਾਕੀ ਕੰਮ ਲਈ ਚਿੰਤਾ ਕਰਨ ਦਾ ਕੀ ਲਾਭ ਹੈ? ਪ੍ਰਾਰਥਨਾ ਕਰਨਾ ਜ਼ਰੂਰੀ ਹੈ, ਚਿੰਤਾ ਕਰਨ ਦਾ ਕੋਈ ਲੋੜ ਨਹੀਂ, ਵਚਨ ਕਹਿੰਦਾ ਹੈ। ਜੇਕਰ ਅਸੀਂ ਚਿੰਤਾ ਕਰਕੇ ਕੋਈ ਚੀਜ਼ ਅਸੀਂ ਆਪਣਾ ਨਹੀਂ ਸਕਦਾ, ਫਿਰ ਚਿੰਤਾ ਕਰਨ ਦਾ ਕੀ ਲੋੜ ਹੈ? ਇਸ ਲਈ ਵਚਨ ਕੀ ਕਹਿੰਦਾ ਹੈ? ਤੁਸੀਂ ਪੂਰੀ ਤਰ੍ਹਾਂ ਪ੍ਰਭੂ ਯੇਸ਼ੂ 'ਤੇ ਭਰੋਸਾ ਰੱਖ ਕੇ ਤੁਰਨਾ ਸ਼ੁਰੂ ਕਰੋ। ਤੁਸੀਂ ਪੂਰੀ ਤਰ੍ਹਾਂ ਪ੍ਰਭੂ ਯੇਸ਼ੂ 'ਤੇ ਭਰੋਸਾ ਰੱਖ ਕੇ ਤੁਰਨਾ ਸ਼ੁਰੂ ਕਰੋ, ਤਾਂ ਜੋ ਪਰਮੇਸ਼ੁਰ ਦੀ ਆਤਮਾ ਤੁਹਾਡੇ ਹਰੇਕ ਦੇ ਉੱਤੇ ਕੰਮ ਕਰਨਾ। ਹਾਲੇਲੂਯਾ, ਹਾਲੇਲੂਯਾ। ਸੋ ਅਸੀਂ ਇੱਕ ਵਚਨ ਗਾਣੇ ਕੇ ਲਈ ਜਾ ਰਹੇ, ਇਸ ਲਈ ਚਿੰਤਾ ਕਰਨ ਦਾ ਲੋੜ ਨਹੀਂ, ਸੰਗੋ ਖੁਦਾ ਦੇ ਉੱਤੇ ਭਰੋਸਾ ਰੱਖ ਕੇ ਤੁਰਨਾ ਅੱਜ ਦਾ ਵਚਨ ਹੀ ਹੈ। ਤੁਸੀਂ ਦੁਨੀਆ ਵੀ ਚੀਜ਼ਾਂ ਦੇ ਉੱਤੇ ਚਿੰਤਾ ਕਰਨ ਦਾ ਲੋੜ ਨਹੀਂ ਹੈ, ਸੰਗੋ ਪ੍ਰਭੂ ਯੇਸ਼ੂ 'ਤੇ ਭਰੋਸਾ ਰੱਖ ਕੇ ਤੁਸੀਂ ਤੁਰਨਾ ਸ਼ੁਰੂ ਕਰੋ। ਜਦੋਂ ਅਸੀਂ ਖੁਦਾ ਦੇ ਉੱਤੇ ਭਰੋਸਾ ਰੱਖ ਕੇ ਤੁਰਨਾ ਸ਼ੁਰੂ ਕਰੇਗਾ, ਪਰਮੇਸ਼ੁਰ ਸਾਡੇ ਉੱਤੇ ਜੋ ਚਿੰਤਾ ਕਰਨਾ ਸ਼ੁਰੂ ਕਰੇਗਾ, ਫਿਰ ਤੁਹਾਡੀ ਸਾਰੀ ਸਮੱਸਿਆ ਦੂਰ ਹੋ ਚੁੱਕੀ। ਇਸ ਲਈ ਤੁਹਾਡੇ ਕੰਮ ਇੱਕ ਹੀ ਕੰਮ ਤੁਸੀਂ ਕਰਨਾ, ਉਹ ਕੀ ਹੈ? ਤੁਸੀਂ ਅੱਜ ਤੋਂ ਬੋਲਣਾ ਲੋਕਾਂ ਨੂੰ, ਕੀ ਬੋਲਣਾ ਹੈ? ਧਿਆਨ ਨਾਲ ਸੁਣੋ, ਕੀ ਬੋਲਣਾ ਤੁਸੀਂ? ਤੁਸੀਂ ਬੋਲਣਾ ਦੂਸਰੇ ਲੋਕਾਂ ਦੇ ਸਾਹਮਣੇ, ਯੇਸ਼ੂ ਪ੍ਰਭੂ ਹਨ। ਹਾਲੇਲੂਯਾ, ਹਾਲੇਲੂਯਾ। ਬੋਲਣਾ ਕੀ ਹੈ? ਯੇਸ਼ੂ ਪ੍ਰਭੂ ਹਨ, ਹੋਰ ਕੁਛ ਨਹੀਂ ਹੈ। ਦੂਜਿਆਂ ਲੋਕਾਂ ਦੇ ਸਾਹਮਣੇ ਤੁਸੀਂ ਦੱਸਣਾ ਹੈ ਯੇਸ਼ੂ ਪ੍ਰਭੂ ਹਨ। ਸੋ ਅੱਜ ਪ੍ਰਾਰਥਨਾ ਕਰੋ, ਖੁਦਾ ਦੇ ਆਗੇ ਭਰੋਸਾ ਰੱਖ ਕੇ ਦੁਆ ਕਰੋ, ਹੇ ਦਾਵੀਦ ਦਾ ਪੁੱਤਰ ਯੇਸ਼ੂ, ਅੱਜ ਮੇਰੇ ਉੱਤੇ ਦਇਆ ਕਰ। ਹੇ ਦਾਵੀਦ ਦਾ ਪੁੱਤਰ ਯੇਸ਼ੂ, ਅੱਜ ਮੇਰੇ ਪਰਿਵਾਰ 'ਤੇ ਦਇਆ ਕਰ। ਹੇ ਦਾਵੀਦ ਦਾ ਪੁੱਤਰ ਯੇਸ਼ੂ, ਅੱਜ ਮੇਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ, ਮੇਰੀ ਸਮੱਸਿਆ ਨੂੰ ਦੂਰ ਕਰ, ਮੇਰੀ ਬਿਮਾਰੀ ਨੂੰ ਦੂਰ ਕਰ, ਮੇਰੀ ਹਰ ਤਰ੍ਹਾਂ ਦਾ ਬੰਧਨ ਨੂੰ ਤੋੜ ਦਿਉ। ਯੇਸ਼ੂ ਚੁਣਾ ਤੁਹਾਨੂੰ। ਅੱਜ ਅਸੀਂ ਇੱਕ ਭਜਨ ਗਾਣੇ ਕੇ ਲਈ ਜਾ ਰਹੇ ਅਤੇ ਤੁਹਾਡੇ ਸਾਰਿਆਂ ਦੇ ਲਈ ਅਸੀਂ ਚੰਗਾਈ ਦੀ ਪ੍ਰਾਰਥਨਾ ਕਰਨਾ। ਖੁਦਾ ਨੇ ਤੁਹਾਨੂੰ ਚੁਣਾ ਹੈ, ਖੁਦਾ ਤੁਹਾਡੀਆਂ ਸਮੱਸਿਆ ਨੂੰ ਦੂਰ ਕਰਨਾ,
ਖੁਦਾ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ। ਹਾਲੇਲੂਯਾ ਹਾਲੇਲੂਯਾ ਯੀਸ਼ੂ ਤੇਰੀ ਸਤੁਤੀ ਹੋਵੇ। ਯੀਸ਼ੂ ਤੇਰੀ ਸਤੁਤੀ ਹੋਵੇ। ਸਾਰੇ ਉੱਚੀ ਬੋਲੋ ਧੰਨਵਾਦ ਕਰਦੇ ਹੋਏ ਪ੍ਰਭੂ ਦੀ ਬੜਾਈ ਕਰਦੇ ਹੋਏ ਉੱਚੀ ਆਵਾਜ਼ ਨਾਲ ਪਰਮੇਸ਼ਰ ਦੀ ਬੜਾਈ ਕਰੋ। ਤਾਲੀ ਜਾ ਕੇ ਉੱਚੀ ਆਵਾਜ਼ ਨਾਲ ਪ੍ਰਭੂ ਦੀ ਬੜਾਈ ਕਰੋ। ਉਸਤਤ ਕਰੋ ਯੀਸ਼ੂ ਜੀਸਸ ਨਾਮ ਜਪਾ ਮੈਂ ਤੇਰਾ ਨਾਮ ਜਪਾ ਮੈਂ ਤੇਰਾ ਨਾਮ ਜਪਾ ਮੈਂ ਤੇਰਾ ਨਾਮ ਜਪਾ ਮੈਂ ਤੇਰਾ ਜਿਸ ਤੇਰੇ ਹੰਦ ਸੁਣਾ ਤੇਰੇ ਹੰਦ ਸੁਣਾਵਾ ਨਾਮ ਜਪਾ ਮੈਂ ਤੇਰਾ ਸਾਰੇ ਪੂਰੀ ਆਵਾਜ਼ ਪੂਰੀ ਸ਼ਕਤੀ ਨਾਲ ਪਰਮੇਸ਼ਰ ਦੀ ਵਡਿਆਈ ਕਰੋ। ਯੀਸ਼ੂ ਅੱਜ ਸਾੜੇ ਤੇ ਦਇਆ ਕਰ। ਖੁਦਾ ਤੁਹਾਨੂੰ ਛੂ ਰਹੇ, ਤੁਹਾਨੂੰ ਆਸ਼ੀਸ਼ ਦੇ ਰਹੇ, ਤੁਹਾਡੀਆਂ ਕਮਜ਼ੋਰੀਆਂ ਨੂੰ ਪ੍ਰਭੂ ਯੀਸ਼ੂ ਦੂਰ ਕਰ ਰਹੇ, ਤੁਹਾਡੀਆਂ ਹਰ ਤਰ੍ਹਾਂ ਦੀ ਸਮੱਸਿਆ ਪ੍ਰਭੂ ਯੀਸ਼ੂ ਦੂਰ ਕਰ ਰਹੇ। ਖੁਦਾ ਦੇ ਅੱਗੇ ਪੂਰਾ ਵਿਸ਼ਵਾਸ ਨਾਲ ਪ੍ਰਾਰਥਨਾ ਕਰੋ। ਯੀਸ਼ੂ ਅੱਜ ਹਰੇਕ ਨੂੰ ਆਸ਼ੀਸ਼ ਦਿਓ। ਖਾਲੀ ਮਚਾ ਕੇ ਪ੍ਰਭੂ ਦੀ ਬੜਾਈ ਕਰੋ। ਯੀਸ਼ੂ ਜੀ
ਯੇਸ਼ੂ ਮੇਰਾ ਮੁਕਤੀ ਦਾਤਾ ਹੈ ਕਹਿੰਦਾ ਜਾਵਾਂ, ਯੇਸ਼ੂ ਮੇਰਾ ਮੁਕਤੀ ਦਾਤਾ ਹੈ ਕਹਿੰਦਾ ਜਾਵਾਂ, ਯੇਸ਼ੂ ਮੇਰਾ ਮੁਕਤੀ ਦਾਤਾ ਹੈ ਕਹਿੰਦਾ ਜਾਵਾਂ, ਓ ਕਹਿੰਦਾ ਜਾਵਾਂ, ਨਾਮ ਜਪਾਵੇ ਤੇਰਾ। ਜ਼ਿੰਦਗੀ ਵੀ ਆਪੇ, ਰਾਤ ਸੱਚ ਵੀ ਆਪੇ, ਜ਼ਿੰਦਗੀ ਵੀ ਆਪੇ, ਰਾਤ ਸੱਚ ਵੀ ਆਪੇ, ਜ਼ਿੰਦਗੀ ਵੀ ਆਪੇ, ਰਾਤ ਸੱਚ ਵੀ ਆਪੇ, ਜ਼ਿੰਦਗੀ ਵੀ ਆਪੇ। ਉਹ ਕਿਉਂ ਨਾ ਉਹਦੇ ਕੋਲ ਪ੍ਰਾਰਥਨਾ ਕਰਦੇ ਰਹੋ ਸਾਰੇ ਪ੍ਰਭੂ ਯੀਸ਼ੂ ਦੇ ਅੱਗੇ ਦੁਆ ਕਰੋ। ਯੀਸ਼ੂ ਤੁਹਾਨੂੰ ਸਾਰਿਆਂ ਨੂੰ ਛੂਹਣਾ ਹੈ, ਤੁਹਾਡੀ ਕਮਜ਼ੋਰੀਆਂ ਨੂੰ ਦੂਰ ਕਰਨਾ ਹੈ, ਪ੍ਰਭੂ ਦੀ ਆਤਮਾ ਤੁਹਾਡੇ ਸਾਰਿਆਂ ਦੇ ਵਿੱਚ ਅੱਜ ਕੰਮ ਕਰਨਾ। ਕੱਲ੍ਹ ਸੋਮਵਾਰ ਹੈ, ਕੱਲ੍ਹ ਦਾ ਦਿਨ ਰੋਜ਼ਾ ਰਹਿ ਕੇ ਪ੍ਰਾਰਥਨਾ ਕਰਨ ਵਾਲਿਆਂ ਦਾ ਨਾਮ ਹੈ ਪੜ੍ਹਨ ਵਾਸਤੇ ਜਾ ਰਹੇ ਰਜਨੀ ਸਗੋਦਾ ਜਲੰਧਰ, ਰੂਬਾ ਗੁਰਦਾਸਪੁਰ, ਪਿੰਗੀ ਹੁਸ਼ਿਆਰਪੁਰ, ਏਕਦਾ ਅੰਮ੍ਰਿਤਸਰ, ਸ਼ਿਲਪੀ ਬਿਲਾਸਪੁਰ, ਪਿੰਗੀ ਬਠਾਲਾ, ਸੁਮਨ ਗੁਰਦਾਸਪੁਰ, ਸ਼ਿਵਾਨੀ ਕਪੂਰਤਲ, ਪੂਨਮ ਤਰਨਤਾਰਨ, ਰੋਮ ਲੇਸਰੀਵਾਲ ਜਲੰਧਰ, ਸੋਨੀਆ ਧਾਮਪੁਰ ਯੂਪੀ, ਥੋਮਸ ਨਾਇਰ ਗੁਰਦਾਸਪੁਰ, ਆਸ਼ੂ ਗੁਰਦਾਸਪੁਰ, ਪ੍ਰੰਜੀਤ ਜੋ ਨਕੋਦਰ, ਥਰੇਸਾ ਆਸਟ੍ਰੇਲੀਆ, ਸ਼ਾਲਿਨੀ ਫਗਵਾੜਾ, ਥਰੇਸਾ ਮਾਥਿਊ ਰਾਜਸਥਾਨ ਸੀ, ਮਰੀਆ ਜੋਦੀ
ਯੋਧੀ, ਫਤਿਹਗੜ੍ਹ ਛੜੀਆ, ਅੰਮ੍ਰਿਤਸਰ, ਗਗਨਦੀ, ਬਟਾਲਾ, ਬਵਲੀ, ਮੰਜੂ, ਆਲਮਾਲ, ਮਲੋਟ, ਕਿਰਨ, ਫਰੀਦਕੋਟ, ਸਲੀਨਾ, ਫਰੀਦਕੋਟ, ਦੀਪਿਕ, ਫਿਰੋਜ਼ਪੁਰ, ਰਾਗੇਸ਼ ਥੋਮਸ, ਅੰਮ੍ਰਿਤਸਰ, ਧਰਮਿੰਦਰ, ਮੁਦਗੀ, ਸਿੱਧੀਆਂ, ਅੰਮ੍ਰਿਤਸਰ, ਇਹ ਸਾਰੇ ਕੱਲ੍ਹ ਦਾ ਦਿਨ। ਖਾਸ ਕਰਕੇ ਤੁਸੀਂ ਪ੍ਰਾਰਥਨਾ ਕਰਨਾ ਹੈ ਰੋਜ਼ ਜਾਰੀ ਕੇ। ਸੋ ਖੁਦਾ ਦਿਆਂਗੇ ਪੂਰਾ ਵਿਸ਼ਵਾਸ ਨਾਲ ਪ੍ਰਾਰਥਨਾ ਕਰੋ। ਇਹ ਖੁਦਾ ਸਾਡੇ ਤੇ ਦਿਆ ਕਰ। ਜਿਤਨੇ ਭੈਣਾਂ ਭਰਾਵਾਂ ਦਾ ਨਾਮ ਮੈਂ ਪੜ੍ਹਾ ਹੈ, ਕੱਲ੍ਹ ਦਾ ਦਿਨ ਸਾਰੇ ਲੋਕ ਯਿਸੂ ਮਸੀਹ ਪਾਉਣ ਦੇ ਲਈ ਰੋਜ਼ ਜਾਰੀ ਕੇ ਪ੍ਰਾਰਥਨਾ ਕਰਨਾ ਹੈ। ਹੁਣ ਅਸੀਂ ਮਾਤਾ ਮਰੀਅਮ ਦਾ ਨੌਵੇਂ ਨਾ ਪੜ੍ਹਨ ਵਾਸਤੇ ਜਾ ਰਹੇ ਹਾਂ। ਯਿਸੂ ਮਸੀਹ ਪਾਉਣ ਦੀ ਮਾਤਾ ਮਰੀਅਮ ਦਾ ਨੌਵੇਂ ਨਾ, ਤੁਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰਨਾ, ਖੁਦਾ ਅੱਜ ਸਾਡੇ ਉੱਤੇ ਦਇਆ ਕਰ, ਸਾਨੂੰ ਆਪਣੀ ਆਤਮਾ ਨਾਲ ਬਰਦੋ। ਯਿਸੂ ਮਸੀਹ ਪਾਉਣ ਦੀ ਮਾਤਾ ਮਰੀਅਮ ਦੁਆਰਾ ਸਾਡੇ ਪਰਿਵਾਰ ਦੀ ਸਾਰੀ ਪਰੇਸ਼ਾਨੀ ਦੂਰ ਕਰ। ਅਸੀਂ ਹੁਣ ਨਵੇਂ ਨਾ ਪੜ੍ਹਨ ਵਾਸਤੇ ਜਾ ਰਹੇ ਬਾਪ ਅਤੇ ਬੇਟੇ ਅਤੇ ਰੂਹ ਅਤੇ ਨਾਮ ਤੇ ਸਹਾਰਾ ਵਿਨਤੀ ਕਰੇ।
ਪਤ ਬੇਟੇ ਤੇਰੇ ਉਬਾਤੀ ਨਾਮ ਤੇ ਆਮੀਨ ਯੇਸ਼ੂ ਮਸੀਹ ਬੰਦੀ ਮਾਮਰੀ ਦਾ ਨਵੇਂ ਨਾ ਹੇ ਪ੍ਰਭ ਯੇਸ਼ੂ ਜੀਵੇਂ ਤੁਸੀਂ ਵਾਹਿਦਾ ਕੀਤਾ ਸੀ ਯੇਸ਼ੂ ਮਸੀਹ ਬੰਦੀ ਮਾਮਰੀ ਦੀ ਸ਼ਵਾਸ ਮੰਗਣ ਦੁਆਰਾ ਸਾਡੀ ਇਸ ਪ੍ਰਾਰਥਨਾ ਨੂੰ ਕਬੂਲ ਕਰੋਗੇ ਹੇ ਪ੍ਰਭ ਯੇਸ਼ੂ ਤੁਹਾਡੇ ਨਾਮ ਤੇ ਤੁਹਾਡੇ ਸਵਰਗ ਵਿਦਾ ਕੋਲੋ ਮੈਂ ਮੰਗਦੇ ਹਾਂ ਮੈਂ ਲੱਭਦੇ ਹਾਂ ਅਤੇ ਮੈਂ ਗੜਗੜਾਉਂਦੀ ਹਾਂ ਕਿ ਅੱਜ ਜੋ ਵੀ ਮਕਸਦ ਮੈਂ ਤੁਹਾਡੇ ਚਰਨਾਂ ਵਿੱਚ ਲੈ ਕੇ ਆਏ ਹਾਂ ਉਸ ਮਕਸਦ ਨੂੰ ਪੂਰਾ ਹੋਣ ਲਈ ਮੈਂ ਨਿਮਰਤਾ ਨਾਲ ਤੁਹਾਡੇ ਅੱਗੇ ਪ੍ਰਾਰਥਨਾ ਕਰਦੀ ਹਾਂ ਯੇਸ਼ੂ ਮਸੀਹ ਪਾਉਂਦੀ ਮਾਂ ਮਰੀਮ ਦੀ ਸ਼ਿਵਾਸ ਲਾਗੀ ਮੇਰੀ ਇਸ ਪ੍ਰਾਰਥਨਾ ਨੂੰ ਕਬੂਲ ਕਰੋ ਆਮੀਨ ਸਲਾਮੀ ਮਰੀਮ ਭਜਨ ਨਾਲ ਪਰੀ ਦਾਵੰਦਰ ਨਾਲ ਗੇ ਤੂੰ ਅਰਦਮ ਚਨਿਆ ਲੈ ਤਨਗੇ ਤੇਰੀ ਪੇਟ ਦਾ ਵਲੀ ਸੋ ਹਜ਼ਰਤ ਮਰੀਮ ਖੁਦਾ ਦੀ ਮਾਂ ਸਭ ਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਲਈ ਆਮੀਨ ਹੇ ਪ੍ਰਭ ਯੇਸ਼ੂ ਜਿਸ ਤਰ੍ਹਾਂ ਤੁਸੀਂ ਆਸੀ ਆਕਾਸ਼ ਤੇ ਧਰਤੀ ਡਲ ਸਕਦੇ ਹਨ ਪਰ ਮੇਰੇ ਸ਼ਬਦ ਕਦੀ ਨਹੀਂ ਡਲਣਗੇ ਹੇ ਪ੍ਰਭੂ ਯੇਸ਼ੂ ਜਿਸ ਤਰ੍ਹਾਂ ਤੁਸੀਂ ਕਾਨਾ ਪਿੰਡ ਵਿੱਚ ਵਿਆਹ ਦੇ ਵੇਲੇ ਮਾਂ ਮਰੀਮ ਦੀ ਸ਼ਵਾਸ ਦੁਆਰਾ ਪਾਣੀ ਨੂੰ ਅੰਗੂਰੀ ਰਸ ਵਿੱਚ ਬਦਲ ਦਿੱਤਾ ਉਸੇ ਤਰ੍ਹਾਂ ਜੀ ਮੇਰੀ ਵੀ ਇਸ ਬੇਨਤੀ ਨੂੰ ਯੇਸ਼ੂ ਮਸੀਹ ਪਾਉਂਦੀ ਮਾਮਰੀਮ ਦੀ ਸ਼ਵਾਸ ਦੁਆਰਾ ਕਬੂਲ ਕਰੋ ਆਮੀਨ ਸਲਾਮੀ ਮਰੀਮ ਭਜਨ ਨਾਲ ਪਰੀ ਦਾਂਦਰ ਨਾਲ ਗੇ ਤੋਰ ਦਮ ਚਨਿਆ ਲੈ ਤਨਗੇ ਤੇਰੀ ਪੇਟ ਦਾ ਬਲੀ ਸੋ ਹਜ਼ਰਤ ਮਰੀਮ ਖੁਦਾ ਦੀ ਮਾਂ ਸਭ ਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ ਆਮੀਨ ਬਾਪ ਤੇ ਬੇਟੇ ਤੇਰੀ ਬਾਤੀ ਬੜੀ ਆਈ ਹੋਵੇ ਜਿਹੜੀ ਬੜਾ ਸੀ ਅਨੇ ਵਿਸ਼ ਹੋਵੇਗੀ ਆਮੀਨ ਯੇਸ਼ੂ ਮਸੀਹ ਪਾਉਂਦੀ ਮਾਂ ਸਾਡੇ ਲਈ ਦੁਆ ਕਰ ਹਾਲੇਲੂਇਆ ਹਾਲੇਲੂਇਆ ਧਿਆਨ ਨਾਲ ਸੁਣਨਾ ਹੈ ਅੱਜ ਦਾ ਵਚਨ ਤੁਸੀਂ ਸਾਰੇ ਦੁਆਰਾ ਸੁਣਨਾ ਹੈ ਭਲੇ ਤੁਸੀਂ ਸਾਰੇ ਅੱਧਾ ਘੰਟਾ ਬੈਠ ਕੇ ਪ੍ਰਾਰਥਨਾ ਕਰਨਾ ਪ੍ਰਾਰਥਨਾ ਦੇ ਬਾਅਦ ਅੱਜ ਦਾ ਵਚਨ ਤੁਸੀਂ ਸਾਰੇ ਦੁਆਰਾ ਸੁਣਨਾ ਹੈ ਪ੍ਰਾਰਥਨਾ ਕਰੋ ਪ੍ਰਭੂ ਤੇ ਭਰੋਸਾ ਰੱਖ ਕੇ ਖੁਦਾ ਦੇ ਲਈ ਜੀਣਾ ਸ਼ੁਰੂ ਕਰੋ ਯੇਸ਼ੂ ਤੁਹਾਨੂੰ ਆਸ਼ੀਸ਼ ਦੇਣਾ ਬਰਕਤ ਦੇਣਾ ਨਾਲ ਯੇਸ਼ੂ ਮਸੀਹ ਪਾਉਣ ਦੇ ਲਈ ਸਾਰੇ ਪੈਣਾ ਭਰਾਵਾਂ ਦਿਲ ਖੋਲ੍ਹ ਕੇ ਪਰਮੇਸ਼ੁਰ ਦਾ ਕੰਮ ਦੇ ਲਈ ਔਫਰਿੰਗ ਭੇਜਣਾ ਹੈ ਖੁਦਾ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਨਾ ਹੈ ਤੁਹਾਡੀਆਂ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਯੇਸ਼ੂ ਦੂਰ ਕਰਨਾ ਪਰਮੇਸ਼ੁਰ ਦੀ ਆਤਮਾ ਮੈਂ ਕਹਿੰਦਾ ਤੁਹਾਡੇ ਸਾਰਿਆਂ ਦੇ ਉੱਤੇ ਕੰਮ ਕਰਦਾ ਹੈ ਅੱਜ ਹੀ ਖੁਦਾ ਦੇ ਉੱਤੇ ਭਰੋਸਾ ਰਹਿ ਕੇ ਆਉਣ ਵਾਲੇ ਐਤਵਾਰ ਯੇਸ਼ੂ ਮਸੀਹ ਪੌਣ ਵਿੱਚ 10 ਵਜੇ ਆਉਣ ਦੇ ਲਈ ਫੈਸਲਾ ਕਰੋ ਪਰਮੇਸ਼ੁਰ ਦੀ ਆਤਮਾ ਤੁਹਾਡੇ ਵਿੱਚ ਕੰਮ ਕਰੇ ਇਹ ਮੇਰੀ ਪ੍ਰਾਰਥਨਾ ਹੈ ਸਾਰਿਆਂ ਨੂੰ ਯੇਸ਼ੂ